ਐਚਐਸ ਫੂਲਕਾ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਚੰਦੂ ਮਾਜਰਾ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਹਨਾਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ਨੂੰ ਵੀ ਗਲਤ ਦੱਸਿਆ। ਐਚਐਸ ਫੂਲਕਾ ਹੋਰਾਂ ਨੇ ਆਪਦੀ ਜਿਹੜੀ ਗੱਲ ਆ, ਮੈਂ ਸਮਝਦਾ ਕਿ ਸਹੀ ਮਹੀਨੇ ਵਿੱਚ ਤਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰ੍ਹਾਂ ਅਸਤੀਫਾ ਦੇਣਾ ਬਣਦਾ ਨਹੀਂ। ਉਹਨਾਂ ਨੂੰ ਇੱਕ ਲੋਕਾਂ ਵੱਲੋਂ ਇੱਕ ਪਲੇਟਫਾਰਮ ਮੁਹੱਈਆ ਕਰਕੇ ਦਿੱਤਾ ਜਾਂਦਾ ਜਿੱਥੇ ਉਹ ਆਪਣੀ ਗੱਲ ਕਹਿ ਸਕਦੇ ਨੇ, ਜਿੱਥੇ ਆਪਣੀ ਗੱਲ ਮਨਾਉਣ ਦੀ ਸਮਰੱਥਾ ਮਤਲਬ ਉੱਥੇ ਸ਼ੋਅ ਕਰ ਸਕਦੇ ਨੇ, ਅਤੇ ਉੱਥੋਂ ਹੀ ਪਿੱਛੇ ਹਟ ਜਾਣਾ ਮੈਂ ਸਮਝਦਾ ਕੋਈ ਉਚਿਤ ਨਹੀਂ ਹੈ। ਦੇਖੋ, ਆਪਣੇ ਹਿੰਦੁਸਤਾਨ ਦੀ ਇੱਕ ਖੂਬਸੂਰਤੀ ਹੈ, ਬਲਕਿ ਅਨੇਕਤਾ 'ਚ ਏਕਤਾ। ਇੱਥੇ ਬਹੁਤ ਸੱਭਿਆਚਾਰ, ਬਹੁਤ ਭਾਸ਼ਾਵਾਂ, ਬਹੁਤ ਧਰਮ ਦੇ ਬਾਵਜੂਦ ਵੀ ਇਹ ਦੇਸ਼ ਇੱਕ ਆ। ਇਹੀ ਦੇਸ਼ ਦੀ ਇੱਕ ਖੂਬਸੂਰਤੀ ਆ ਜਿਹਤੇ ਅਸੀਂ ਮਾਣ ਅਤੇ ਗੌਰਵ ਕਰ ਸਕਦੇ ਹਾਂ। ਔਰ ਇਹ ਜਿਹੜੀ ਸੋਚ ਆ, ਇਹ ਗੁਰੂ ਨਾਨਕ ਦੇਵ ਸਾਹਿਬ ਤੋਂ ਚਲਾਈ ਸੋਚ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਦੀ ਸੋਚ, ਔਰ ਇਹ ਜਿਹੜੀ ਸੋਚ ਆ ਮਾਨਸ ਕੀ ਜਾ ਸਵੇ ਇੱਕ ਪਹਿਚਾਣ ਬੋਧੀ ਆਦਰਸ਼ 'ਤੇ ਚੱਲਣ ਵਾਲੀ ਸੋਚ ਆ ਜਿਹੜੀ, ਇਹਦੇ ਕਰਕੇ ਮੈਂ ਸਮਝਦਾ ਕਿ ਦੇਸ਼ ਜਿਹੜਾ ਹੈ ਇਹ ਸਭ ਬਖਰੇਵਿਆਂ ਦੇ ਬਾਵਜੂਦ ਵੀ ਇੱਕ ਯੂਨਿਟੀ ਦੇ ਤੌਰ 'ਤੇ ਕੰਮ ਕਰ ਰਿਹਾ।